ਆਉਂਦੇ ਕੱਲ ਵੀ ਮੈਂ ਸੁਣ ਰਿਹਾ ਸਾ ਵਿਚਾਰ ਕਿ ਪਿਆਰ ਇੱਕ ਵਿਸ਼ਵ ਚੈਂਪੀਅਨ ਹੋਇਆ ਏ ਟੈਨਿਸ ਦਾ ਖਿਡਾਰੀ ਅਰਥਰ ਐਸ਼ ਕਰਕੇ ਉਹਦਾ ਨਾਮ ਇੱਦਾਂ ਦਾ ਨਾਮ ਆ ਪਿਆਰ ਬੜਾ ਵਿਸ਼ਵ ਦਾ ਪੂਰੇ ਸੰਸਾਰ ਦਾ ਚੈਂਪੀਅਨ ਉਹਨੂੰ ਕਿਹਾ ਗਿਆ ਟੈਨਿਸ ਦਾ ਪਰ ਕਹਿੰਦੇ ਪਿਆਰ ਸਮਾਂ ਪਾ ਕੇ ਉਹਦੇ ਸਰੀਰ ਨੂੰ ਇੰਨੀ ਭੈੜੀ ਬਿਮਾਰੀ ਇੰਨਾ ਵੱਡਾ ਰੋਗ ਲੱਗ ਗਿਆ ਭੈੜਾ ਰੋਗ ਲੱਗਾ ਜਿਹਦਾ ਇਲਾਜ ਨਹੀਂ ਸੀ ਹੁੰਦਾ ਪਿਆਰ ਉਹਨੂੰ ਉਹਦੇ ਕਿਸੇ ਫੈਨ ਨੇ ਕਹਿ ਲਓ ਜਿਹੜਾ ਉਹਨੂੰ ਬੜਾ ਮੰਨਦਾ ਸੀ ਉਹਨੇ ਇੱਕ ਪੱਤਰ ਲਿਖਿਆ ਕਹਿਣ ਲੱਗਾ ਮੈਨੂੰ ਰੱਬ ਅਤੇ ਗੌਡ ਦੇ ਉੱਪਰ ਬੜਾ ਰੋਸ ਆ ਕਿ ਇੰਨੇ ਹੋਰ ਵੀ ਲੋਕ ਹੈਗੇ ਨੇ ਰੱਬ ਨੇ ਤੈਨੂੰ ਹੀ ਇਸ ਬਿਮਾਰੀ ਲਈ ਕਿਉਂ ਚੁਣ ਲਿਆ ਹੋਰ ਵੀ ਇੰਨੀ ਦੁਨੀਆ ਸੀ ਤੂੰ ਵਿਸ਼ਵ ਦਾ ਚੈਂਪੀਅਨ ਆ ਅਤੇ ਫਿਰ ਵੀ ਰੱਬ ਨੇ ਤੈਨੂੰ ਕਿਉਂ ਇੱਦਾਂ ਚੁਣ ਲਿਆ ਇੰਨੇ ਲੋਕ ਰੱਬ ਨੂੰ ਉਹ ਕਿਉਂ ਨਹੀਂ ਦਿਸੇ ਪਿਆਰੇ ਜਦੋਂ ਉਹਨੇ ਐਸ਼ ਨੇ ਕਹਿੰਦੇ ਇਹ ਗੱਲ ਪੜ੍ਹੀ ਨਾ ਉਹਨੇ ਉਹਦੇ ਬਦਲੇ ਦੇ ਵਿੱਚ ਇੱਕ ਚਿੱਠੀ ਵਾਪਸ ਭੇਜੀ ਲਿਖ ਕੇ ਉਸੇ ਬੰਦੇ ਨੂੰ ਚਿੱਠੀ ਵਿੱਚ ਇਹ ਲਿਖਿਆ ਸੀ ਕਹਿਣ ਲੱਗਾ ਜਦੋਂ ਸੰਸਾਰ ਦੇ ਵਿੱਚ ਪੂਰਾ ਸੰਸਾਰ ਹੈ ਨਾ ਜਿਹੜਾ ਇਹਦੇ ਵਿੱਚੋਂ 5 ਕਰੋੜ ਦੇ ਕਰੀਬ ਬੱਚਾ ਜਿਹੜਾ ਏ ਟੈਨਿਸ ਦਾ ਖਿਡਾਰੀ ਟੈਨਿਸ ਦਾ ਕਿਹੜਾ ਪਲੇਅਰ ਬਣਨ ਵਾਸਤੇ ਭਾਗ ਲੈਂਦਾ ਹਰ ਸਾਲ 5 ਕਰੋੜ ਦੇ ਕਰੀਬ 5 ਕਰੋੜ 'ਚੋਂ ਕੋਈ ਲੱਖਾਂ ਰਹਿ ਜਾਂਦੇ ਨੇ ਬਾਕੀ ਫੇਲ ਹੋ ਜਾਂਦੇ ਆ ਨਹੀਂ ਪਾਸ ਹੋ ਪਾਉਂਦੇ ਲੱਖਾਂ ਦੇ ਵਿੱਚੋਂ ਹਜ਼ਾਰਾਂ ਹਜ਼ਾਰਾਂ 'ਚੋਂ 100 100 'ਚੋਂ 10 ਅਤੇ 10 ਦੇ ਵਿੱਚੋਂ ਫਿਰ ਇੱਕ ਬੰਦਾ ਜਿਹੜਾ ਏ ਉਹ ਵਿਸ਼ਵ ਚੈਂਪੀਅਨ ਬਣਦਾ ਇੱਕ ਬੰਦਾ ਵਿਸ਼ਵ ਚੈਂਪੀਅਨ ਬਣਦਾ ਕਹਿੰਦੇ ਮੈਂ ਪਰਮਾਤਮਾ ਨੂੰ ਕਦੇ ਇਹ ਨਹੀਂ ਆਖਿਆ ਕਿ 5 ਕਰੋੜ ਬੰਦੇ ਨੇ ਹਰ ਸਾਲ ਭਾਗ ਲੈਣਾ ਹੁੰਦਾ ਅਤੇ 5 ਕਰੋੜ ਦੇ ਵਿੱਚੋਂ ਰੱਬ ਜੀ ਤੁਸੀਂ ਮੈਨੂੰ ਇਕੱਲੇ ਨੂੰ ਕਿਉਂ ਵਿਸ਼ਵ ਚੈਂਪੀਅਨ ਚੁਣਿਆ ਜਦੋਂ ਮੈਂ ਇਹ ਗੱਲ 'ਤੇ ਕਦੇ ਰੱਬ ਦੇ ਨਾਲ ਗੱਲ ਨਹੀਂ ਕੀਤੀ ਇਹ ਗੱਲ ਕਦੇ ਨਹੀਂ ਕੀਤੀ ਕਿ ਤੂੰ ਮੈਨੂੰ ਇਕੱਲੇ ਨੂੰ ਕਿਉਂ ਚੁਣਿਆ ਵਿਸ਼ਵ ਚੈਂਪੀਅਨ ਬਣਾਉਣ ਲਈ ਅਤੇ ਮੈਂ ਅੱਜ ਉਹਨੂੰ ਇਹ ਕਿਉਂ ਆਖਾਂ ਕਿ ਰੱਬਾ ਇੰਨੇ ਦੁਨੀਆਂ ਦੇ ਵਿੱਚੋਂ ਇੰਨੇ ਪ੍ਰਾਣੀਆਂ ਦੇ ਵਿੱਚੋਂ ਤੂੰ ਮੈਨੂੰ ਇਕੱਲੇ ਨੂੰ ਇਸ ਬਿਮਾਰੀ ਲਈ ਕਿਉਂ ਚੁਣਿਆ ਕਿੰਨੀ ਵੱਡੀ ਗੱਲ ਉਹ ਕਰ ਗਿਆ ਕਿ ਜੇਕਰ ਰੱਬ ਸੁੱਖ ਦੇ ਰਿਹਾ ਉਹ ਪ੍ਰਵਾਨ ਕਰੀ ਜਾਂਦੇ ਚੁੱਪ ਕਰਕੇ ਲਈ ਜਾਂਦੇ ਹਾਂ ਸਭ ਕੁਝ ਅਤੇ ਜਦੋਂ ਦੁੱਖ ਉਹਨੇ ਦੇ ਦਿੱਤਾ ਤਾਂ ਉਦੋਂ ਰੌਲਾ ਪਾਉਂਦੇ ਹਾਂ ਕਿ ਰੱਬਾ ਦੁੱਖ ਕਿਉਂ ਦਿੱਤਾ ਕਿੰਨਾ ਉਹਦਾ ਪਿਆਰ ਉਹ ਅੰਦਰ ਜਿਹੜਾ ਏ ਟਿਕਿਆ ਹੋਇਆ ਹੋਵੇਗਾ ਜਿਹੜੇ ਜਿਹਨੇ ਏਡੀ ਵੱਡੀ ਗੱਲ ਕਹਿ ਦਿੱਤੀ ਕਿ ਇੰਨਿਆਂ ਦੇ ਵਿੱਚੋਂ ਰੱਬ ਨੇ ਮੈਨੂੰ ਸੁੱਖ ਦਿੱਤਾ ਚੈਂਪੀਅਨ ਬਣਾਇਆ ਅਤੇ ਅੱਜ ਜੇ ਦੁੱਖ ਦਿੱਤਾ ਇੰਨਿਆਂ ਦੇ ਵਿੱਚੋਂ ਤਾਂ ਮੈਂ ਉਹ ਵੀ ਪ੍ਰਵਾਨ ਕਰ ਲਵਾਂ ਗੁਰੂ ਨਾਨਕ ਮਹਾਰਾਜ ਵੀ ਤਾਂ ਇਹੀ ਗੱਲ ਸਾਨੂੰ ਸਮਝਾ ਰਹੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਨਾ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਜੇਕਰ ਪਾਤਸ਼ਾਹ ਪਰਮਾਤਮਾ ਵਾਹਿਗੁਰੂ ਜੀ ਬਾਕੀ ਸਾਰੀਆਂ ਤੇਰੀਆਂ ਦਾਤਾਂ ਨੇ ਨਾ ਅਤੇ ਦੁੱਖ ਭੁੱਖ ਦੀ ਮਾਰ ਪੈਂਦੀ ਹੈ ਨਾ ਜਦੋਂ ਇਹ ਵੀ ਤੇਰੀ ਦਾਤ ਆ ਇਹ ਪੇਦਾਤ ਤੇਰੀ ਦਾਤਾਰ ਇਹ ਤੇਰੀ ਦਾਤ ਆ ਸਭ ਕੁਝ ਤੇਰਾ ਦਿੱਤਾ ਹੋਇਆ ਏ ਭਾਵੇਂ ਸੁੱਖ ਹੈ ਅਤੇ ਭਾਵੇਂ ਦੁੱਖ ਆ ਅਤੇ ਕਿਉਂ ਨਾ ਪਿਆਰ ਜੇ ਸੁੱਖ ਹੱਸ ਕੇ ਲੈਂਦੇ ਹਾਂ ਅਤੇ ਦੁੱਖਾਂ ਦੇ ਵਿੱਚ ਵੀ ਖੁਸ਼ ਰਿਹਾ ਕਰੀਏ ਅਤੇ ਵਾਹਿਗੁਰੂ ਦਾ ਭਾਣਾ ਜਿਹੜਾ ਉਹਨੂੰ ਮਿੱਠਾ ਕਰਕੇ ਮੰਨੀਏ ਦੁੱਖ ਆਇਆ ਉਹਨੂੰ ਦੂਰ ਕਰਨ ਦਾ ਯਤਨ ਕਰੀਏ ਪਰ ਦੁੱਖ ਸਾਨੂੰ ਦੁਖੀ ਨਾ ਕਰ ਸਕੇ ਇੱਦਾਂ ਦੇ ਬਣ ਜਾਈਏ ਬਾਣੀ ਨਾਲ ਜੁੜ ਕੇ ਭਗਤਾਂ ਦੇ ਉੱਪਰ ਬੜੇ ਬੜੇ ਦੁੱਖ ਆਉਂਦੇ ਰਹੇ ਨੇ ਇੱਥੋਂ ਤੱਕ ਜਿਨ੍ਹਾਂ ਦੇ ਆਪਾਂ ਸ਼ਬਦ ਦੇ ਵਿਚਾਰ ਕਰ ਰਹੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਪਿਆਰ ਇੰਨੇ ਕੁ ਜ਼ਿਆਦਾ ਦੁੱਖ ਆਏ ਨਾ ਪਰ ਉਹ ਸਾਰੇ ਦੁੱਖ ਜਿਹੜੇ ਨੇ ਕਦੇ ਗੁਰੂ